आकाशवाणी खबरा नाट्यपाल सिंह कोला प्रधानमंत्री ते बीजेपी दे सीनियर लीडर नरेंद्र मोदी ओरे कांग्रेस उपर दोष लाया जे ओ धार्मिक आरक्षण आनी संविधान की बदलना चांदी है भारत ਸਟਾਟ ਅਰਮੇ ਕਾਂਸ ਫਿਲ ਮੋਸਵਿਚ ਆਪਣੀ ਰਚਨਾਤਮਕ ਅਰਥਵਿਵਸਾ ਬਾਰੇ ਦਸਕ ਦਸਾਗ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰेंगी ਕਾਲੇਤਾਨੇਗੀ ਜਾਇਸ ਬਣਾਨੇ ਸਰਪੰਦੀ ਮਾਮਲੇ ਚ 21 ਦਿਨਾਂ ਦੀ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਦੂਰ ਸੰਚਾਰ ਮੈਕਮਨੇ ਦੂਰ ਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਦੀ ਸਾਈਬਰ ਅਪਰਾਧੀਆਂ ਚ ਇਸਤੇਮਾਲ ਹੋਏ ਦੇ 28200 ਮੋਬਾਈਲ ਫੋਨੇ ਕੀ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਮੌਸਮ ਸਰਵੰਦੀ ਮਹਿਕਮੇ ਨੇ ਅਗਲੇ ਦੋ ਦਿਨਾਂ ਚ ਪੂਰਬੀ ਰਾਜੇ ਇਚ ਬਰਖਾ ਤੇ ਗਰਜ ਦੇ ਕੰਨੇ ਫੰਡਾ ਪੂਨੇ ਦੀ پیشن گوئی ਕੀਤੀ ਹੈ। ਉਹ ਖਬਰ ਦੀ ਤਫਸੀਲ। ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਸੀਨੀਅਰ लीडर नरेंद्र मोदी दोष लाया है जे कांग्रेस धार्मिक आरक्षण आनिए संविधान संविधान बदलना चाहती है खबरें प्राइवेट चैनल की दिते दे ग इंटरव्यू च श्री मोदी होर जे, जे उन्हें कदे भी ए नहीं आख्या सरकार संविधान की बत्ती देने आख्या अभिव्यक्ति दी आजादी च तरमीम करिए कांग्रेस पहले ग संविधान दी भावना पर हमला करी चुकी दी है मोदी जे धर्म जाति या पंथ दी बिना पर कुे ਕੰਨੇ ਕੋਈ ਫਰਕੋ ਫਰਕੀ ਨਹੀਂ ਉਨੀ ਲੋਰ ਚੜੀ ਮੋਦੀ ਹੋ ਰਿਹਾ ਕਿ ਜੇ ਸਾਮ ਪਿਤਰੋ ਦਾ ਉਹਦੇ ਆਸਿਆ ਭਾਰਤੀ ਬਾਰੇ ਕੀਤੀ ਗਈ ਦੀ ਆਲੀਆ ਟਿੱਪਣੀ ਕਾਂਗਰਸ ਦੀ ਮਾਨਸਿਕਤਾ ਕੀ ਦਰਸਾਉਂਦੀ ਹੈ ਉਹਨੇ ਆਖਿਆ ਜੇ ਭਾਰਤ ਜਨੇ ਮੁਲਕ ਹੈ ਇਚ ਜਿੱਥੇ ਲੋਕ ਕ੍ਰਿਸ਼ਨ ਭਗਵਾਨ ਦੀ ਪੂਜਾ ਕਰਦੇ ਉਥੇ ਲੋਕਾਂ ਕੀ ਕਾਲੇ ਗੋਰੇ ਕੰਨੇ ਕੋਈ ਲੈਣਾ ਦੇਣਾ ਨਹੀਂ ਹੈ ਉਹਨੇ ਆਖਿਆ ਜੇ ਭਾਰਤ ਕੀ ਅਨੇਕਤਾ ਇਚ ਇਕਤਾ ਦਾ ਆਸ਼ੀਰਵਾਦ ਮਿਲਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅਖੇਤਰ ਰੀਤੀ ਆਦੇ ਪਾਵਨਾ ਅਫਸਰ ਉਪਰ ਮੁਲਕੇ ਦੇ ਲੋਕਿੰਗ ਦੀ ਮੁਹਾਰਕ ਪਾ ਦਿੱਤੀ ਹੈ ਸੋਸ਼ਲ ਮੀਡੀਆ ਦੀ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਹੋਰੇ ਮੇਜਤਾਏ ਜੇ ਇਹ ਪਵਿੱਤਰ ਤਿਆੜਾ ਲੋਕਿੰਗੀ ਨੇਕੀ ਦੀ ਬੱਤਾਂ ਉਪਰ ਟੁਰਨੇ ਦੀ ਪ੍ਰੇਰਣਾ ਦੇਗ ਤੇ ਹਰ ਕਿਸੇ ਦੇ ਜੀਵਨ ਵਿੱਚ ਨਮੀ ਊਰਜਾ ਤੇ ਜੋਸ਼ ਪਰਗ ਭਾਰਤ 14 ਸਵਾਂ 25 ਮਈ ਬਸ਼ਕਾਰ ਫਰਾਂਸ ਵਿੱਚ 1970 ਵਿੱਚ ਕਾਂਸ ਫਿਲ ਮੋਸਵਿਚ ਇਸਲਾਗ ਇੱਕ ਭਾਰਤੀ ਵਪਾਰ ਮੰਡਲ ਜਿਹਦੇ ਚ ਭਾਰਤ ਸਰਕਾਰ ਰਾਜ ਸਰਕਾਰੇ ਤੇ ਉਦਯੋਗੀ ਜਗਤ ਸਮਾ代表ੀ ਸ਼ਾਮਲ ਦੁਨੀਆ ਭਰ ਦੇ ਅਗਿਤਰੀ ਫਿਲਮੀ ਬਾਜ਼ਾਰ ਚ ਭਾਰਤ ਦੀ ਰਚਨਾਤਮਕ ਅਰਥਵਿਵਸਤਾ ਬਾਰੇ ਦਸੰਗ ਦਸੰਗਣ ਸੂਚਨਾ ਦੇ ਪ੍ਰਸਾਰਣ ਮੰਤਰਾਲੇ ਨੇ ਆਖਿਆ ਹੈ ਜੇ ਪਹਿਲੀ ਵਾਰੀ ਭਾਰਤ ਕਾਂਸ ਫਿਲਮ ਮਹੋਸਤਵ ਚ ਭਾਰਤ ਪਰਵ ਦੀ ਮੇਜ਼ਬਾਨੀ ਕਰੋਗ ਭਾਰਤ ਪੈਵਲੀਅਨ ਕਾਂਸੀਚੇ ਭਾਰਤੀ ਫਿਲਮੀ ਸਮੁਦਾਇ ਕੀ ਪਖਵਕ ਗਤੀਵਿਧੀਆਂ ਚ ਸ਼ਾਮਲ ਹੋਣੇ ਲਈ ਮੰਚ ਫਰਹਾਮ ਕਰੇ ਸੁਪਰੀਮ ਕੋਰਟ ਨੇ ਕਥਿਤ ਸ਼ਰਾਬ ਕੋਟਾਲਾ ਮਾਮਲੇ ਕੰਨੇ ਜੁੜੇ ਦੇ ਇਕਾਲੇ ਤਨੇ ਕੀ ਜਾਇਜ਼ ਬਣਾ ਨੇ ਹਾਲੇ ਮਾਮਲੇ ਚ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀ ਵਾਲੋ ਰੰਗੀ 21 ਦਿਨਾਂ ਦੀ ਅੰਤਰੀਮ ਸਮਨਤ ਦੇ ਦਿੱਤੀ ਹੈ ਸਰਵੋੱਚ ਅਦਾਲਤ ਦੇ ਕੇਜਰੀਵਾਲ ਹੋ ਰਹੀਗੀ ਸੱਤੇ ਚਰਨ ਵਾਲੇ ਲੋਕ ਸਭਾ ਚੋਣਾਂ ਦੇ ਖਤਮ ਹੋਣ ਦੇ ਇੱਕੇ ਦਿਨੇ ਪ੍ਰੈਂਤ 2 ਜੂਨ ਦੀ ਆਤਮ ਸਮਰਪਣ ਕਰਨ ਲਈ ਵੀ ਆਖਿਆ ਹੈ ਕੇਜਰੀਵਾਲ ਹੋਰੇ ਜਾਰੀ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਦੇ ਤੇ ਜੇਲ੍ਹ ਧਮਾ ਰਿਹਾਈ ਦੀ ਮੰਗ ਕੀਤੀ ਹੀ ਜਸਟਿਸ ਸੰਜੀਵ ਖੰਨਾ ਤੇ ਦੀਪਾਂਕਰ ਦੱਤਾਉਂ ਦੀ ਬੈਂਚ ਨੇ ਆਖਿਆ ਜੇ ਕੇਂਦਰੀ ਜਾਂਚ ਏਜੰਸੀ ਤੇ ਪਰਵਰਤਨ ਨਿਦੇਸ਼ਾਲੇ ਨੇ ਅਗਸਤ 2022 ਚ ਕੇਜਰੀਵਾਲ ਖਿਲਾਫ ਮਾਮਲਾ ਦਰਜ ਕੀਤਾ ਹਾ ਪਰ इस बरे 21 मार्च की की गिरफ्तार कि आम आदमी पार्टी ने दिल्ली दे के मुख्यमंत्री अरविंद केजरीवाल की अंतरिम जमानत दिये जाने सरबंदी सुप्रीम कोर्ट के फैसले की सराहना करते हुए इसकी लोकतंत्र दे संविधान दी जित करार दिता है पार्टी के सीनियर लीडर गोपाल राय जे सुप्रीम कोर्ट ने संविधान भरोसा रखने उ उ उम्मीद एक नमी किरण दी है आम आदमी पार्टी दे नेता आतिशी ने जी केजरीवाल हो अंतरिम जमानत थोने कह साबत जंदा है सच्चाई की जित है तोई भारतीय जनता पार्टी दे लीडर मनजिंदर सिंह सिरसा जे सुप्रीम कोर्ट दे फैसले ए साफ साफ लिखा गया है जे अरविंद केजरीवाल चुनाए गिते जमानत ओ पहली जून समा वापस जेल भेजी दी जांगन एक खबर तुस आकाशवाणी परा सुनार दे दूर संचार विभाग ने मुल्ख भर च साइबर अपराधियों च इस्तेमाल हो ठाई मोबाइल फोन गी ब्लॉक कर देने दे निर्देश दूर संचार सेवा प्रदान करने वाली कंपनी गी जारी कीते न दूर संचार विभाग ने इन्हें मोबाइल फोन कन्ने जुड़े दे बी लाख कनेक्शन दी फी जांच दे भी निर्देश दिते न ते जांच नाकाम होने दी सूरत च इन कनेक्शन गी ਕੱਟ ਹੀ ਦੇਣੇ ਦੀਆਂ ਇਹਦਾਇਤਾ ਵੀ ਦਿੱਤੀਆਂ ਨੇ ਦੂਰ ਸੰਚਾਰ ਮੰਤਰਾਲੇ ਨੇ ਆਖਿਆ ਹੈ ਜੇ ਕੇਂਦਰੀ ਗ੍ਰਹਿ ਮੰਤਰਾਲੇ ਦੂਰ ਸੰਚਾਰ ਵਿਭਾਗ ਤੇ ਬਖ ਬਖ ਰਾਜ ਦੇ ਯੀ ਪੁਲਸੇ ਦੇ ਸਾਂਝੇ ਯਤਨ ਕਰਨੇ ਸਾਈਬਰ ਅਪਰਾਧੀਆਂ ਦੇ ਨੈਟਵਰਕ ਦੀ ਤਬਾਹ ਕਰਨੇ ਤੇ ਨਾਗਰਿਕਾਂ ਦੀ ਡਿਜੀਟਲ ਧੋਖਾਧੜੀ ਤੋਂ ਮਾਂ ਬਚਾਉਣ ਦਾ ਚੰਮਦਾ ਥੋਗ ਮੌਸਮ ਸਰਵੰਧੀ ਮਹਿਕਮੇ ਨੇ ਰਾਜਸਥਾਨ ਤੇ ਗੁਜਰਾਤ ਇਚੇ ਤਾਰੇ ਤੋੜੀ ਬੜੀ ਮਤੀ ਬਰਖਾ ਤੇ ਉਮਸ ਰੌਣਦੀ پیشن گوئی ਕੀਤੀ ਹੈ ਤੋ ਆਈ ਮੌਸਮ ਮਹਿਕਮੇ ਨੇ ਪੱਛਮ ਬੰਗਾਲ ਸਿੱਕਮ ਬਿਹਾਰ 오ਡੀਸ਼ਾ ਤੇ ਝਾਰਖੰਡ ਚ ਅਗਲੇ ਦੋ ਦਿਨੇ ਤੋੜੀ ਬਰਖਾ ਤੇ ਗਰਜ ਤੇ ਕਰਨੇ ਫੰਡਾ ਪਾਉਣੇ ਦੀ ਮੇਜ਼ ਐਲ ਐਰ ਕੀਤੀ ਹੈ ਉੱਤਰ ਪੂਰਬੀ ਭਾਰਤ ਚ ਪਾਰੀ ਬਰਖਾਉਣ ਦੇ ਸਾਰਨ ਮੌਸਮ ਮਹਿਕਮੇ ਨੇ ਉੱਤਰ ਪ੍ਰਦੇਸ਼ ਚੰਡੀਗੜ੍ਹ ਹਰਿਆਣਾ ਵਿਧਰਬ ਮਹਾਰਾਸ਼ ਛਤੀਸਗੜ੍ਹ ਤੇ ਦੱਖਣ ਭਾਰਤ ਚ ਅਗਲੇ ਦੋ ਦਿਨੇ ਤੋੜੀ ਪਾਰੀ ਬਰਕਾਨ ਸਵਾ ਮਤੀ ਪਾਰੀ ਬਰਕਾਉਣ ਦੀ ਪੇਸ਼ਕਸ਼ ਕੋਈ ਕੀਤੀ ਹੈ ਉੱਤਰ ਪ੍ਰਦੇਸ਼ੀ ਚ ਚੁਨਾਵ ਪ੍ਰਚਾਰ ਜੋਰੇਸ਼ਵਰੇ ਕਰਨੇ ਚਲਾੜਦਾ ਚੁਨਾਵ ਅਭਿਆਨ ਚ ਪਹਿਲੀ ਵਾਰੀ ਸਮਾਜਵਾਦੀ ਪਾਰਟੀ ਦੇ ਅਧਿਐਖ ਅਖਿਲੇਸ਼ ਝਾਦਵ ਤੇ ਕਾਂਗਰਸ ਦੇ ਸਾਬਕਾ ਅਧਿਐਖ ਰਾਹੁਲ ਗਾਂਧੀ ਔਰ ਕਿਠੇ ਰਲੀਆਂ ਚੁਨਾਵ ਰੈਲੀਆਂ ਕਰਾ ਕਰ ਦੇਨਾ ਕਨੋਜ ਚ ਚੁਨਾਵ ਰੈਲੀ ਦੌਰਾਨ ਦੋਨੇ ਲੀਡਰੇ ਬੀਜੇਪੀ ਉਪਰ ਜ਼ੁਬਾਨੀ ਅਮਲਾ ਕੀਤਾ ਅਖਿਲੇਸ਼ ਆਦਵ ਹੋਰੇ ਆਖਿਆ ਜੇ ਬੀਜੇਪੀ ਸੰਵਿਧਾਨ ਨਹੀਂ ਬਦਲਣਾ ਚਾਹਦੀ ਹੈ ਜਦਕਿ ਰਾਹੁਲ ਗਾਂਧੀ ਹੋਰੇ ਆਖਿਆ ਕਿ ਕਾਂਗਰਸ ਪਾਰਟੀ ਕਰਸਾਨੇ ਦੀ ਗਰੀਬੀ ਰੇਖਾ ਸਮਾ ਉੱਪਰ ਅੰਨੇ ਤੋੜੀ ਮਾਲੀ ਮਦਦ ਦੇਗ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਆਦਿੱਤਿਆਨਾਥ ਹੋਰੇ ਗੋਰਖਪੁਰ ਵਿੱਚ ਇੱਕ ਚੋਣ ਰੈਲੀ ਦੌਰਾਨ ਸਮਾਜਵਾਦੀ ਪਾਰਟੀ ਉੱਪਰ ਜ਼ੋਰਦਾਰ ਹਮਲਾ ਬੋਲਿਆ ਉਹਨੇ ਬਹਿਰਾਈ ਚ ਥਾਰ ਵੀ ਜਨ ਸਭਾ ਕੀ ਸੰਬੋਧਿਤ ਕੀਤਾ ਤੋਂ ਆਈ ਕਾਂਗਰਸ ਦੇ ਰਾਜ ਅਧਿਕਸ਼ ਤੇ ਵਾਰਾਨਸੀ ਥਮਾ ਪਾਰਟੀ ਦੇ ਮੇਦਵਾਰ ਅਜੇ ਰਾਏ ਹੋਰੇ ਅੱਜ ਆਪਣਾ ਨਾਮਾਂਕਨ ਭਰਿਆ ਜਦਕਿ ਕੇਂਦਰੀ ਮੰਤਰੀ ਤੇ ਚੰਦੋਲੀ ਜਮਾ ਬੀਜੇਪੀ ਦੇ ਮੇਦਵਾਰ ਡਾਕਟਰ ਮਹਿੰਦਰਨਾਥ ਪਾਂਡੇ ਹੋਰੇ ਵੀ ਆਪਣਾ ਨਾਮਾਂਕਨ ਭਰਿਆ ਇੰਆਂ ਗਏ ਗੋਰਖਪੁਰ ਚਨਾਲ ਕੇ ਸਮਾ ਬੀਜੇਪੀ ਦੇ ਮੇਦਵਾਰ ਰਵੀ ਕਿਸ਼ਨ ਗਾਜ਼ੀਪੁਰ ਸਮਾ ਪਾਰਸਨਾਥ ਰਾਏ ਤੇ ਬਲੀਆਂ ਸਮਾ ਨੀਰਜ शेखर और भी अपना अपना नामांकन भरी लारत मालदोवा बशकार अज नवी दिल्ली च एक समझौते पर दस्खत किए ते आधिकारिक पासपोर्ट धारकें वीजा समा छूट दी गई है विदेश मंत्रालय च पछ्छमी सचिव पवन कपूर त दी एम्बेसडर एना ਟੈਬਨ ਹੋਰੇ ਸਮਝੋਤੇ ਉਪਰ ਦਸਕਤ ਕੀਤੇ ਸਮਝੋਤੇ ਮੁજબ ਦੋਨੇ ਮੁਲਕੇ ਦੇ ਰਾਜਨਿਤਿਕ ਤੇ ਅਧਿਕਾਰਿਕ ਪਾਸਪੋਰਟ ਧਾਰਕ ਇੱਕ ਦੂਏ ਦੇ ਮੁਲਕੇ ਚ ਵੀਜ਼ਨ ਵੀਜ਼ਾ ਦੇ ਆਈ ਜਾ ਸਕਦੇ ਨਾ ਮੁੱਖ ਖਬਰ ਇੱਕ ਬਾਰੀ ਭੀ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਨਰਿੰਦਰ ਮੋਦੀ ਹੋਰੇ ਕਾਂਗਰਸ ਉਪਰ ਦੋਸ਼ ਲਾਇਆ ਜੇ ਉਹ ਧਾਰਮਿਕ ਆਰਕਸ਼ਨ ਅਨਿ ਸੰਵਿਧਾਨ ਕੀ ਬਦਲਣਾ ਚਾਹੰਦੀ ਹੈ ਭਾਰਤ 77ਵੇਂ ਕਾਂਸਿਲ ਮੋਸਵਿਚ ਆਪਣੀ ਰਚਨਾਤਮਕ ਅਰਥਵਿਵਸਾ ਬਾਰੇ ਦਸਕ ਦਸਾਗ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਹੋਰेंगी ਕਾਲੇਤਨੀਗੀ ਜਾਇਸ ਬਣਾਉਣੇ ਸਰਪੰਦੀ ਮਾਮਲੇ ਚ 21 ਦਿਨਾਂ ਦੀ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਦੂਰ ਸੰਚਾਰ ਮੈਕਮੇ ਨੇ ਦੂਰ ਸੰਚਾਰ ਸੇਵਾ ਪ੍ਰਦਾਨ ਕਰਨੇ ਅਲੀ ਕੰਪਨੀ ਦੀ ਸਾਈਬਰ ਅਪਰਾਧਾਂ ਦੇ ਇਸਤੇਮਾਲ ਹੋਏ ਦੇ 28200 ਮੋਬਾਈਲ ਫੋਨਾਂ ਦੀ ਬਲਾਕ ਕਰਨ ਦੇ ਇੰਦਰਦੇਸ਼ ਦਿੱਤੇ ਨੇ ਤੇ ਮੌਸਮ ਸਰਵੰਧੀ ਮਹਿਕਮੇ ਨੇ ਅਗਲੇ ਦੋ ਦਿਨਾਂ ਵਿੱਚ ਪੂਰਬੀ ਰਾਜੇ ਇੱਥੇ ਬਰਖਾ ਤੇ ਗਰਜ ਦੇ ਕਨੇ ਫੰਡਾ ਪੋਣ ਦੀ پیشن گوئی ਕੀਤੀ ਹੈ ਖਬਰਾਂ ਦੇ ਇਸ ਬੁਲਟਿੰਗ ਚ ਬਸ ਇਨਾਗੇ